ਜਲੰਧਰ ਦੇਹਾਤ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਦੋ ਅਲੱਗ ਅਲੱਗ ਮਾਮਲਿਆਂ ਵਿੱਚ ਚਾਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ, ਪਿਸਤੌਲਾਂ, ਜ਼ਿੰਦਾ ਕਾਰਤੂਸਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ SSP ਜਲੰਧਰ ਦੇਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 1 ਕਿਲੋ 100 ਗ੍ਰਾਮ ਹੈਰੋਇਨ, 1 ਦੇਸੀ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ CIA ਦੇਹਾਤ ਨੇ ਅੱਡਾ ਅਮਾਨਤਪੁਰ ਵਿਧੀਪੁਰ ਨੇੜੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 50 ਗ੍ਰਾਮ ਹੈਰੋਇਨ, 1 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਛੇੜੀ ਗਈ ਹੈ ਨਸ਼ਿਆਂ ਦੇ ਖਿਲਾਫ਼, ਅੱਜ ਉਸੇ ਹੀ ਮੁਹਿੰਮ ਨੂੰ ਅੱਗੇ ਖੜਦਿਆਂ ਹੋਇਆ ਜਲੰਧਰ ਰੂਰਲ ਪੁਲਿਸ ਨੂੰ ਕਾਫ਼ੀ ਵੱਡੀ ਸਫਲਤਾ ਮਿਲੀ। ਜਦੋਂ ਸ਼ਾਹਕੋਟ ਪੁਲਿਸ ਦੇ ਵਿੱਚ ਜਿਹੜੇ SHO ਪੋਸਟਡ ਨੇ ਸੁਰਿੰਦਰ ਅਤੇ ਨਾਲ ਉਹਨਾਂ ਦੇ DSP ਪਿਆਰਾ ਸਿੰਘ ਨੇ ਸੈਦਪੁਰ ਝੱਦੀ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਅਤੇ ਦੋ ਬੰਦਿਆਂ ਨੂੰ ਇਹਨਾਂ ਨੇ ਕਾਬੂ ਕੀਤਾ, ਜਿਨ੍ਹਾਂ ਦਾ ਨਾਮ ਗੁਰਵਿੰਦਰ ਅਤੇ ਜਗਦੀਸ਼ ਹੈ। ਇਹਨਾਂ ਦੋਵਾਂ ਦੀ ਤਲਾਸ਼ੀ ਲੈਣ 'ਤੇ ਇਹਨਾਂ ਦੋਵਾਂ ਕੋਲੋਂ 1 ਕਿਲੋ 100 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਅਤੇ ਨਾਲ ਹੀ ਗੁਰਵਿੰਦਰ ਕੋਲੋਂ 1 .315 ਬੋਰ ਦਾ ਪਿਸਤੌਲ ਅਤੇ 3 ਕਾਰਤੂਸ ਰਿਕਵਰ ਹੋਏ ਨੇ। ਇਹਨਾਂ ਦੋਵਾਂ ਦੇ ਖਿਲਾਫ਼ ਪਰਚਾ ਰਜਿਸਟਰ ਕਰਤਾ ਗਿਆ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਗੱਲ ਸਾਹਮਣੇ ਆਈ ਹੈ, ਉਹਦੇ ਵਿੱਚ ਜਿਹੜਾ ਗੁਰਵਿੰਦਰ ਹੈ ਇਹ ਬੇਲ 'ਤੇ ਬਾਹਰ ਆਇਆ ਹੋਇਆ ਅਤੇ ਇਸ ਦੇ ਖਿਲਾਫ਼ ਪਹਿਲਾਂ ਵੀ ਅਸਲੇ ਦਾ ਪਰਚਾ ਅਤੇ 1 ਪਰਚਾ NDPS ਦਾ ਵੀ ਰਜਿਸਟਰਡ ਹੈਗਾ। ਜਿਹੜੀ ਹੁਣ ਨਹੀਂ ਲਾਈਸੈਂਸ ਹੀ ਨਹੀਂ ਹੈ ਬ੍ਰਦਰ, 315 ਬੋਰ ਦਾ ਲਾਈਸੈਂਸ ਹੀ ਨਹੀਂ ਹੁੰਦਾ, ਇਹ ਨਜਾਇਜ਼ ਪਿਸਤੌਲ ਹੀ ਹੁੰਦਾ। ਅਤੇ ਇਹ ਜਿਹੜੀ ਹੁਣ ਤੱਕ ਦੀ ਮੁੱਢਲੀ ਤਫਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ ਕਿਸੇ ਕੋਲੋਂ UP ਤੋਂ ਇਹ ਖਰੀਦ ਕੇ ਲਿਆ ਹੈ। ਹੈਰੋਇਨ ਜਿਹੜੀ ਲੈ ਕੇ ਆਇਆ ਇਹ ਸਾਨੂੰ ਕਲੀਅਰ ਹੈ, ਅਸੀਂ ਉਸ ਬੰਦੇ ਨੂੰ ਨੋਮੀਨੇਟ ਕਰ ਰਹੇ, ਬਟ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਤਾਂ ਕਿ ਇਨਵੈਸਟੀਗੇਸ਼ਨ ਖਰਾਬ ਨਾ ਹੋਵੇ, ਅਤੇ ਉਸ ਨੂੰ ਵੀ ਜਲਦੀ ਫੜ ਕੇ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ। ਇਹਨਾਂ 'ਤੇ ਜਿਹੜਾ ਗੁਰਵਿੰਦਰ ਜੀ ਤਾਂ 23 ਸਾਲਾਂ ਦਾ, ਦੂਸਰਾ ਲੜਕਾ 22 ਸਾਲਾਂ ਦਾ, ਇਹ ਦੋਵੇਂ ਕ੍ਰਿਮੀਨਲ ਨੇ। ਇਹਨਾਂ ਦੇ ਖਿਲਾਫ਼ ਪਹਿਲਾਂ 2 ਪਰਚੇ ਗੁਰਵਿੰਦਰ ਦੇ ਖਿਲਾਫ਼, 1 ਨਸ਼ੇ ਦਾ ਅਤੇ 1 ਇਹਦੇ ਖਿਲਾਫ਼ ਹੈਗਾ ਇਹਦਾ ਆਲਰੇਡੀ ਆਰਮਸ ਐਕਟ ਦਾ ਪਰਚਾ ਰਜਿਸਟਰਡ ਹੈ। ਇਹ ਹੁਣ ਬੇਲ 'ਤੇ ਆ ਕੇ ਅਤੇ ਫਿਰ ਇਹ ਦੁਬਾਰਾ ਤੋਂ ਇਹਨੇ ਇਹੀ ਕੰਮ ਸ਼ੁਰੂ ਕੀਤਾ। ਇਹ ਨਾਕਾਬੰਦੀ ਸਾਡੀ ਚੱਲਦੀ ਰਹਿੰਦੀ ਹੈ, ਇਹ ਨਾਕਾਬੰਦੀ ਪੁਲਿਸ ਦਾ ਕੰਮ ਹੀ ਹੈਗਾ ਕਿ ਨਾਕੇ ਲਾਓ, ਮਾੜੇ ਅਨਸਰਾਂ ਨੂੰ ਫੜੋ, ਅਤੇ ਉਸੇ ਨਾਕੇਬੰਦੀ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ।